ਗੱਲਾਂ ਬਾਤਾਂ ਚੱਲ ਰਹੀਆਂ ਸੀ ਤੇ ਮੈਂ ਇਹਨੂੰ ਪੁੱਛਣ ਡਿਆ ਸੀ ਕੀ ਬਦਤਮੀਜੀ ਕੀਤੀ ਹੋਏ ਮੇਰੇ ਪਿੱਛੋਂ, ਇਹ ਦੱਸੋ ਜਰਾ ਮੈਨੂੰ ਮੈਡਮ। ਮੈਂ ਕੁਛ ਨੀ ਮੈਡਮ, ਕੱਲੀ ਖੜੀ ਸੀ ਇੱਥੇ ਹੀ। ਅੱਛਾ, ਤੂੰ ਫਿਰ ਆ ਕੇ ਦੋਹਰਾ ਗੰਦ ਪਾਇਆ, ਤੂੰ ਸੋਚਿਆ ਘੱਟ ਪਿਆ, ਚਲੋ ਮੈਂ ਵੀ ਪਾ ਦਿੰਦਾ ਨਾਲ। ਬੋਲਣ ਲੱਗ ਗਈ, ਮੈਨੂੰ ਕਹਿੰਦੀ ਪਾਲੀ ਸਰ ਨੀ ਆਏ। ਉਹ ਫੋਨ ਦੇਖਦਾ ਪਿਆ ਤੈਨੂੰ? ਹਾਂ ਦੇਖਦਾ ਜੀ। ਤੇ ਕੀ ਫਿਰ ਮੈਂ ਮਤਲਬ ਤੈਨੂੰ ਕੋਈ ਆਪ ਮੰਤਰੀ ਸਾਹਿਬ ਆ ਕੇ ਪੁੱਛਿਆ ਨਾ ਪਹਿਲਾਂ ਕੀ ਕਰਦੇ ਨੇ? ਮੈਂ ਕੋਈ ਮੈਨੂੰ ਕਲੈਰੀਫਿਕੇਸ਼ਨ ਨਾ ਦਿਆ ਕਰੋ, ਮੈਂ ਤੇਰੀਆਂ ਮੇਜ਼ ਦੀ ਚੁੰਝ ਨਾਲ ਟੱਕਰਾਂ ਮਰਵਾਉਣੀਆਂ ਹੀ। ਹੈਲੋ ਹੈਲੋ, ਸਤਿ ਸ੍ਰੀ ਅਕਾਲ ਜੀ। ਸਤਿ ਸ੍ਰੀ ਅਕਾਲ, ਕੌਣ ਜੀ? ਬਸ ਜੀ, ਤੁਸੀਂ ਪੁੱਛ ਲਿਆ, ਮੈਂ ਕਹਿੰਦਾ ਜੀ ਮੈਂ ਤਾਂ ਬਾਗੋ ਬਾਗ ਹੋ ਗਿਆ, ਵਿੱਚੋਂ ਲੀਚੀ ਦਾ ਬਾਗ, ਵਿੱਚੋਂ ਅੰਬ ਦਾ ਬਾਗ। ਮੈਂ ਗਈ ਸਟੋਰ ਤੇ ਜੀਣੇ ਦਾ ਭਰਾਤ ਰਿਹਾ ਫਿਰੇ ਉੱਥੇ। ਅੱਛਾ, ਜੂਣੇ ਦਾ? ਅੱਛਾ, ਜਿਹੜੇ ਟਰਾਲੀਆਂ ਦੇ ਪਿੱਛੇ ਲਮਕ ਲਮਕ ਕੇ ਜਾਂਦੇ ਨਾ, ਉਹ ਕਦੀ ਜਹਾਜ਼ ਨੀ ਚੜਦੇ? ਆਂਟੀ ਜੀ, ਇੰਡੀਆ ਚ ਕੌਣ ਚੋਖੇ ਹੁੰਦੇ ਆ ਜੀ? ਚੋਖੇ ਨੀ, ਜਿਆਦਾ ਕੌਣ ਹੁੰਦੇ? ਜਿਆਦਾ ਜੀ, ਨੱਚ ਵੀ ਲਵ ਯੂ ਪਾਖ ਲਾਰਾ ਇੱਥੇ ਸੋਨੀ ਕੁੜੀਏ, ਮਛਲੀ ਵਾਈਏ ਮਛਲੀ, ਤੇਰਾ ਗਹਿਣਾ ਨੀ ਜਿੱਤੇ ਪੰਜ ਸੱਤ ਮੁੰਡੇ ਖੜੇ ਹੋਣ। ਰੂਪ ਤਰੇ ਤੇ ਇੰਜ ਚੜ ਜਾਂਦਾ ਜਿਵੇਂ ਸਿੰਜੀ ਤੇ ਮੈਂ ਨਾ ਭਰੀਏ ਰੂਪ ਦੀਏ, ਰੂਪ ਸਦਾ ਨਹੀਂ ਨਾ ਭਰੀਏ ਰੂਪ ਦੀਏ, ਰੂਪ ਸਦਾ ਨਹੀਂ ਰਹਿਣਾ। ਬੇਟਾ ਇਹ ਸਰ ਉਹ ਬੀਟ ਦੇ ਹਿਸਾਬ ਨਾਲ ਸੀ ਨਾ, ਕਿ ਡਾਂਸ ਕਿਹੜਾ ਸਰ? ਜੇ ਉਹ ਹੁੰਦਾ ਨਾ ਪਰੀਏ ਰੂਪ ਦਾ ਗਾਣਾ, ਸਾਲਸਾ ਸੁਣੇ? ਇਹ ਕਾਲਸਾ ਕਿੱਥੋਂ ਸਿੱਖ ਲਿਆ ਤੂੰ? ਹੈਂ, ਕੰਟੈਂਪਰੇਰੀ ਸੁਣਿਆ? ਕੰਟੈਂਪਰੇਰੀ ਕਿੱਥੋਂ ਕਰ ਲਿਆ ਤੂੰ? ਹੈਲੋ ਮਿਸਟਰ ਪਾਲੇ। ਵਾਜੀ ਵਾ, ਵਾਜੀ ਵਾ, ਸਤਿ ਸ੍ਰੀ ਅਕਾਲ ਜੀ, ਹੋਰ ਕਿੱਦਾਂ? ਸਤਿ ਸ੍ਰੀ ਅਕਾਲ ਜੀ, ਕੌਣ ਬੋਲ ਰਹੇ? ਬਸ 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 ਰਹਿ, ਬਸ ਡਾਕਟਰ ਨਾਲ ਬੋਲਣ ਦੀ ਤਮੀਜ਼ ਨਹੀਂ। ਸੋਰੀ ਸਰ, ਡਾਕਟਰ ਸਾਹਿਬ, ਡਾਕਟਰ ਸਾਹਿਬ ਕੀ ਹਾਲ ਚਾਲ ਹੈ ਜੀ? ਪੀਡੀਡੀ ਸਿੰਗਲਾ। ਕੌਣ ਹੈ ਜੀ? ਪੀਡੀਡੀ ਸਿੰਗਲਾ। ਇਹਦਾ ਕੀ ਮਤਲਬ ਹੈ ਜੀ? ਪੱਥਰੀ ਦਾ ਡਾਕਟਰ। ਅੱਛਾ, ਪੱਥਰੀ ਦਾ ਡਾਕਟਰ, ਹੋਰ ਠੀਕ ਠਾਕ ਸਾਰੇ? ਵਾਹ ਜੀ ਵਾਹ, ਪੱਥਰੀ ਦੇ ਡਾਕਟਰ ਨੂੰ? ਹਾਂਜੀ। ਤੇ ਇੱਥੇ ਕੀ ਤੁਸੀਂ ਲੈਂਟਰ ਪਾਉਣ ਆਏ ਹੋ? ਤੁਹਾਨੂੰ ਪੀ ਲਿਆ? ਪੀ ਲਿਆ ਤੁਹਾਨੂੰ? ਡਾਕਟਰ ਸਾਹਿਬ, ਮੈਂ ਤਾਂ ਪਾਣੀ ਪੀਤਾ ਨਾ। ਪਾਣੀ ਜਿਹੜਾ ਘੁੱਟਾ ਨਾ ਪੀਦਾ, ਖੂਨ ਦੇ ਵਿੱਚ ਜਾ ਕੇ ਰਲ ਜਾਂਦਾ। ਫਿਰ ਰਲ ਦਿਓ, ਅੱਜ ਕੱਲ ਰਲਣਾ ਜ਼ਰੂਰੀ। ਤੁਸੀਂ ਇਹ ਫਾਈਨਲ ਕੀਤਾ? ਮੈਨੂੰ ਪੀ ਲਿਆ। ਹਾਂ, ਕੁਰਸੀ ਮੰਗਾਓ। ਤੇ ਇਹਨੂੰ ਕੀ ਗੀਲੀ ਆ? ਕਿਉਂਕਿ ਇਹਨੂੰ ਮੈਂ ਦੋ ਦਫ਼ਕੇ ਮਾਰਿਆ, ਗੀਲੀਆ ਕਰ ਦਿੰਦਾ। ਇੱਕ ਮਿੰਟ, ਮੈਂ ਇਹਦਾ ਚੈੱਕਅਪ ਕਰ ਲਾਂ। ਕਰੋ ਜੀ, ਚੰਗੀ ਤਰ੍ਹਾਂ ਕਰਿਓ। ਵੈਸੇ ਤਾਂ ਚੈੱਕਅਪ ਕਰਨ ਦੀ ਲੋੜ ਨਹੀਂ, ਇਹਨੂੰ ਮੈਂ ਕੀਤਾ ਹੋਇਆ ਚੈੱਕ। ਅੱਛਾ, ਹਾਂਜੀ। ਤੁਹਾਡੇ ਵੀ ਕੰਨਾਂ 'ਚ ਲੱਗਦਾ ਹੁੰਦਾ? ਆਏ ਸੀ ਕਿਨਾਂ ਦੇ? ਇਹਨਾਂ ਦੇ ਵੀ ਕੰਨਾਂ 'ਚ ਲੱਗਣਾ, ਹੋਰ ਨਾਸਾਂ 'ਚ ਲਾ ਦਿੰਦੇ ਐਦਾਂ ਪੁੱਠਾ ਕਰਕੇ। ਮੈਂ ਸਿਰਫ ਪਹਿਲੇ ਦੇ ਕਹਿਣਾ ਤੇ ਚੈੱਕ ਕਰਦੇ ਤਾਂ ਕਰਕੇ। ਇਹ ਵੀ ਰੱਬ ਦੇ ਜੀ ਆ। ਅੱਛਾ,
ਅਸੀਂ ਕੀ ਕਿਹਾ ਸੀ ਰੱਬ ਦੇ ਜੀ ਆ ਤੇ ਜਦੋਂ ਇਹਦੇ ਜੀ ਪਏ ਇਹਨੂੰ ਖੁਦ ਨੂੰ ਨੀ ਪਤਾ ਲੱਗਣਾ ਇਹਨੂੰ ਲੱਗਣਾ ਜੀ ਆਇਆ ਨੂੰ ਜੀ ਵਾਹ ਵਾਹ ਇਹ ਬਹੁਤ ਅੱਛੀ ਗੱਲ ਤੁਸੀਂ ਨਹੀਂ ਕੀਤੀ ਕਰ ਲਓ ਫਿਰ ਤੇ ਇਹਨਾਂ ਦਾ ਚੈੱਕਅਪ ਇਹਨਾਂ ਦਾ ਦੂਰੋਂ ਹੀ ਕਰ ਲਓ ਚੈੱਕਅਪ ਅਜੀਬ ਤੁਸੀਂ ਕੱਢੀ ਏਦਾਂ ਲੱਗ ਰਿਹਾ ਜਿੱਦਾਂ ਖੋਤਾ ਸੁੱਤਾ ਹੁੰਦਾ ਤੇ ਤੁਹਾਡਾ ਮੂੰਹ ਵੀ ਏਦਾਂ ਲੱਗ ਰਿਹਾ ਜਿਵੇਂ ਖੋਤੇ ਦੀ ਧੁੰਨੀ ਓਏ ਡਾਕਟਰ ਸਾਹਿਬ ਡਾਕਟਰੀ ਚ ਰਹੋ ਇਹ ਨਾ ਹੋਵੇ ਮੈਂ ਤੁਹਾਡੀ PGDCA ਖਰਾਬ ਕਰ ਦਵਾਂ ਤੁਹਾਨੂੰ ਪਤਾ ਨੀ ਮੈਂ ਤੁਹਾਡੇ MBBS ਦੇ ਪੇਪਰ ਪਾੜ ਕੇ ਕਿੱਧਰ ਜਾਣਾ ਇੱਥੇ ਬਿਮਾਰ ਕੌਣ ਹੈ ਜੀ ਹੈ ਬਿਮਾਰ ਕੌਣ ਹੈ ਜੀ ਸਾਨੂੰ ਤੇ ਨਾਲੇ ਸਾਡੇ ਨਾਲ ਵੀ ਤਬੀਜ ਨਾਲ ਗੱਲ ਕਰੋ ਆਈ ਐਮ ਪੁਲਿਸ PLSHO ਹੈ PLSHO ਇਹ ਕੀ ਬਣਿਆ ਸਰ ਪੁਲਿਸ ਦੇ ਸਪੈਲਿੰਗ ਦੱਸੇ ਮਰ ਜਾਣੇ ਨੂੰ ਮੈਂ ਬਹੁਤ ਅੱਛੀ ਡਾਕਟਰ ਬਹੁਤ ਅੱਛੀ ਇਹ ਕੁੜੀ ਐਦਾਂ ਤੜਫ ਰਹੀ ਆ ਜਿੱਦਾਂ ਨਾ ਉਹ ਕੀ ਹੁੰਦੀ ਹੈ ਜੋਕ ਤੇ ਲੂਣ ਪਾਤਾ ਹੁੰਦਾ ਵਾਹ ਵਾਹ ਇਹ ਜੋਕ ਤੁਹਾਨੂੰ ਆਪਣੀ ਸ਼ਕਲ ਦੇਖ ਕੇ ਯਾਦ ਆਇਆ ਹੁਣ ਯੈਸ ਕਿ ਜੋਕ ਵੀ ਹੁੰਦੀ ਕੋਈ ਚੀਜ਼ ਉਹ ਜੀਵ ਕੱਢੇ ਕਰੀ ਤੂੰ ਇਹ ਕੀ ਹੋ ਮਤਲਬ ਸੱਚ ਚ ਦੱਸੋ ਤੁਸੀਂ ਕੀ ਹੋ ਮੈਂ ਡਾਕਟਰ ਆ ਐਕਸਪਾਇਰੀ ਇੰਜੈਕਸ਼ਨ ਵਰਗਾ ਤੁਹਾਡਾ ਮੂੰਹ ਹੈ ਤੇ ਤੁਸੀਂ ਕਿਸ ਹਿਸਾਬ ਨਾਲ ਡਾਕਟਰ ਨੂੰ ਦੱਸੋਗੇ ਤੁਸੀਂ ਜਿਹੜੀ ਸੂਈ ਹੁੰਦੀ ਨਾ ਮੂਰੇ ਉਹ ਨਸਾਂ ਵਿੱਚ ਪਾ ਕੇ ਤੇ ਮੈਂ ਹੱਥ ਜੋੜ ਕੇ ਕਰ ਜਾਣਾ ਮਾਫੀ ਮੰਗਣ ਲਈ ਬਾਕੀ ਅੱਛਾ ਮਤਲਬ ਕਿ ਤੁਸੀਂ ਇਹ ਕਹਿੰਦੇ ਹੋ ਪਰਮਾਤਮਾ ਅੱਜ ਬਚਾ ਲਾ ਤੇ ਅੱਗੇ ਦੇਖੀ ਜਾਏਗੀ ਮਤਲਬ ਪਰਮਾਤਮਾ ਦੇ ਭਰੋਸੇ ਤੇ ਤੁਸੀਂ ਤੁਹਾਡੇ ਵਰਗੇ ਨੂੰ ਮੈਂ ਚੰਗੀ ਤਰ੍ਹਾਂ ਜਾਣਦਾ ਤੁਹਾਡੇ ਵਰਗੇ ਕਿਡਨੀਆਂ ਵੇਚ ਦਿੰਦੇ ਲੋਕਾਂ ਦੀ ਕਿਉਂ ਅਸੀਂ ਕਿਉਂ ਵੇਚਾਂਗੇ ਲੋਕ ਆਪ ਵੇਚਦੇ ਆ ਗੰਡੇ ਵਾਲੇ ਆਏ ਵੇਚਣ ਨੂੰ ਕੀ ਇਹ ਮੋਮੋਸ ਆ ਜਿਹੜੇ ਵੇਚਣ ਲੱਗ ਜਾਂਦੇ ਲੋਕ ਬਣਾ ਬਣਾ ਕੇ ਲੋਕਾਂ ਨੂੰ ਉਹ ਚਾਹੀਦਾ ਹੁੰਦਾ ਨਾ ਸੇਬ ਵਾਲਾ ਫੋਨ ਸੇਬ ਵਾਲਾ ਹਾਂ ਪਾਲੀ ਜੀ ਇੱਥੇ ਕੋਈ ਕੁਰਸੀ ਹੈ ਨੀ ਨਹੀਂ ਦਰੀ ਆ ਉਹ ਤੇ ਬਿਲ ਸਕਦੇ ਹੋ ਚਲੋ ਇਕੱਠੇ ਬੈਠੀਏ ਫਿਰ ਜਿਸ ਤਰ੍ਹਾਂ ਤੁਸੀਂ ਕਿਹਾ ਨਾ ਡਾਕਟਰ ਨਾਲ ਥੋੜਾ ਤਮੀਜ਼ ਨਾਲ ਤੇ ਥਾਣੇਦਾਰ ਨਾਲ ਥੋੜਾ ਜ਼ਿਆਦਾ ਤਮੀਜ਼ ਨਾਲ ਅੱਛਾ ਅੱਛਾ ਇਹਦੀ ਕਿਉਂਕਿ ਦੁਸ਼ਮਣੀ ਵੀ ਭੈੜੀ ਤੇ ਦੋਸਤੀ ਵੀ ਭੈੜੀ ਉਹ ਤਾਂ ਪਤਾ ਲੱਗ ਗਿਆ ਮੈਨੂੰ ਹਾਂ ਤੁਹਾਨੂੰ ਇਹ ਨਹੀਂ ਪਤਾ ਲੱਗਣਾ ਕਿ ਤੁਹਾਡਾ ਮੂੰਹ ਕਿੱਦਾਂ ਦਾ ਇਹ ਵੀ ਪਤਾ ਕਰਾਓ 10 ਕੁ ਬੰਦੇ ਪਾ ਕੇ ਤੁਸੀਂ ਮੈਨੂੰ ਫੋਨ ਕੀਤਾ ਸੀ ਪਿਛਲੇ ਹਫ਼ਤੇ ਕਿਸੇ ਨਹੀਂ ਮੈਨੂੰ ਨਹੀਂ ਪਤਾ ਹੈ ਤੁਸੀਂ ਆਪਣੇ ਵੱਲੋਂ ਗੱਲ ਬਣਾਈ ਆ ਕਿਸੇ ਕਤੂਰੇ ਦੇ ਖੁਰਕ ਪਈ ਆ ਅੱਛਾ ਅੱਛਾ ਓਏ ਠੀਕ ਆ ਠੀਕ ਆ ਹਾਂਜੀ 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 ਇੱਕ ਮਿੰਟ ਡਾਕਟਰ ਸਥਾਣਾ ਨਹੀਂ ਨਹੀਂ ਸਿੰਗਲਾ ਚਲੋ ਛੱਡੋ ਤੁਸੀਂ ਇਹ ਦੱਸੋ ਵੀ ਖੁਰਕ ਕਿਹਦੇ ਪਈ ਆ ਉਹੀ ਦੱਸਣ ਲੱਗਾ ਆ ਇਹ ਸਾਰਾ ਦਿਨ ਖੁਰਕਦਾ ਰਹਿੰਦਾ ਜੀ ਪਤਾ ਨੀ ਇਹਨੂੰ ਕੀ ਪ੍ਰੋਬਲਮ ਹੈ ਕੀ ਨਹੀਂ ਆ ਦੇਖੋ ਨਹੀਂ ਪਰ ਇਹ ਡਾਕਟਰ ਤੇ ਪੱਥਰੀ ਦਾ ਹੀ ਪੁੱਤਰ ਪੱਥਰੀ ਨਾਲ ਹੀ ਤੇ ਰਗੜੇਗਾ ਖੁਰਕ ਤੇਰੀ ਤਾਂ ਹੀ ਮਿਟਣੀ ਹੈ ਉਸ ਉਹ ਪੱਥਰੀ ਕੱਢੇਗਾ ਉਸੇ ਨਾਲ ਰਗੜੇਗਾ ਤਾਂ ਖੁਰਕ ਜਾਏਗੀ ਆ ਲਾਓ ਇਹਨੂੰ ਇੱਕ ਮਿੰਟ ਲਾਲਾ ਹੀ ਯਾਰ ਜੋ ਕਹਿੰਦਾ ਕਰਨ ਦੇ ਹੋ ਉਹਨੂੰ ਇਹ ਡਾਕਟਰ ਨੂੰ ਆਪ ਲਾਣਾ ਚਾਹੀਦਾ ਮੇਰੇ ਹਿਸਾਬ ਨਾਲ ਜੀ ਅੱਛਾ ਤੂੰ ਬਾਜ ਜਾ ਡਾਕਟਰ ਫਿਰ ਤੈਨੂੰ ਜ਼ਿਆਦਾ ਪਤਾ ਤਾਂ ਮੈਂ ਤਾਂ ਡਾਕਟਰ ਨਹੀਂ ਬਣਿਆ ਤੁਸੀਂ ਸਾਹ ਲਓ ਹੁਣ ਤੁਸੀਂ ਸਾਹ ਲਓ ਧੜਕਣ ਚੱਲ ਰਹੀ ਹੈ ਨਾ ਮਰ ਜਾ ਤੂੰ ਯਾਰ ਕਹਦੇ ਚੱਲ ਰਹੀ ਆ ਕਹ ਰਹੇ ਸੀ ਯਾਰ ਉਹਨੂੰ ਕੋਈ ਗੱਲ ਕਰਨੀ ਹੋਣੀ ਮੈਂ ਕੋ ਕਹਦਾ ਜੀ ਚੱਲ ਹੀ ਨਹੀਂ ਰਹੀ ਜੀ ਉਹਦੀ ਧੜਕਣ ਨਹੀਂ ਚੱਲ ਰਹੀ ਨਹੀਂ ਤੁਸੀਂ ਉਹ ਕੀ ਮਸ਼ੀਨ ਤੇ ਖੜਾ ਧੜਕਣ ਚੱਲ ਹੀ ਰਹੀ ਹੋਣੀ ਤੈਨੂੰ ਨਹੀਂ ਸੁਣਨ ਦੀ ਕੰਨ ਤੋਂ ਆ ਕੇ ਤੋਂ ਟਾਈਮ ਕੱਢ ਕੇ ਧੜਕ ਦਿਲ ਮੇਰੇ ਸੇ ਆਹ ਨਿਕਲਤੀ ਰਹੀ ਦਿਲ ਨੇ ਫਿਰ ਕਿਆ ਗੁਨਾਹ ਕੀਆ ਹਮ ਲੁੱਟ ਗਏ ਹੈ ਤੇਰੀ ਮੁਹੱਬਤ ਮੇ ਕਦੀ ਏਦਾਂ ਹੋਇਆ ਲਵ ਯੂ ਕਿ ਤੂੰ ਮਤਲਬ ਜਾਂਦੀ ਹੋਵੇਂ ਰਸਤੇ ਦੇ ਵਿੱਚ ਏਦਾਂ ਹੀ ਨਾਰਮਲੀ ਮਤਲਬ ਹਾਂਜੀ ਸਰ ਤੇਰੀ ਧੌਣ 'ਚ ਵੱਟਾ ਪਿਆ ਹੋਵੇ ਇੱਥੇ ਇਸ ਜਗ੍ਹਾ ਦੇ ਤੇਰੇ ਵੱਟ ਕੇ ਖਿੱਚ ਕੇ ਮਾਰਿਆ ਹੋਵੇ ਉਦਾਂ ਹੀ ਨਹੀਂ ਸਰ ਕਦੀ ਤੇ ਬਾਅਦ 'ਚ ਦੱਸਿਆ ਹੋਵੇ ਕਿ ਮੈਂ ਕਿਉਂ ਮਾਰਿਆ ਸਰ ਕਦੀ ਵੀ ਨਹੀਂ ਹੋਇਆ ਪਿੱਠ ਤੇ ਵੱਜੇ ਸੀ ਕਿੰਨੇ ਵਜੇ ਜਾਣਾ ਤੂੰ ਸ਼ਾਮੇ ਸਰ 9 ਵਜੇ ਵੀ ਸੇਮ ਟਾਈਮ ਉਸੇ ਗਲੀ 'ਚ ਜਾਂਦੀ ਹੈ ਨਾ ਮਹਿਸੂਸ ਕਰੀ ਅੱਜ ਉਹ ਗਾਣਾ ਵੀ ਆਇਆ ਸੀ ਨਾ ਸੇਮ ਟਾਈਮ ਸੇਮ ਜਗ੍ਹਾ ਅਗਲੇ ਹੀ ਦਿਨ ਫਿਰ ਮਰ ਜਾਣੀ ਗਲੀ 'ਚ ਬੜੀ ਹਾਂ ਬਹੁਤ ਅੱਛੇ ਲੱਭ ਕਿਸੇ ਬੰਦ ਗਲੀ ਵਰਗਾ ਮੂੰਹ ਆ ਤੁਹਾਡਾ ਤੇ ਤੁਹਾਡੇ ਕੋ ਬੰਦ ਨਹੀਂ ਹੁੰਦੀ ਤੇ ਤੁਹਾਡਾ ਖੁੱਲੀ ਵੈਰੀ ਇੰਟੈਲੀਜੈਂਟ ਲਓ ਮੈਡੀਸਨ ਲਓ ਫਿਰ ਵਾਹ 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 ਤੇਰੇ ਵਰਗੋ ਮੈਂ ਸਲਾਹ ਨਾ ਲਵਾਂ ਮੈਡੀਸਨ ਕਿੱਦਾਂ ਲੈ ਲਵਾਂ ਮੈਨੂੰ ਲੱਗਦਾ ਕਿ ਬੰਦਾ ਠੀਕ ਹੋਵੇ ਤੈਨੂੰ ਨਬਜ਼ ਚੈੱਕ ਕਰਨ ਵੇਲੇ ਤੇਰਾ ਤਾਪ ਉਹਨੂੰ ਚੜ ਜਾਂਦਾ ਹੁਣ ਤਾਂ 201 ਬੁਖਾਰ ਆਉਂਦਾ ਹੁਣ ਤੁਹਾਡੇ ਵਰਗੇ ਬੰਦਿਆਂ ਨੇ ਮੇਰਾ ਵਿਹਾਰ ਖਰਾਬ ਕੀਤਾ ਵਾਹ ਵਾਹ ਫਟੇ ਫੇਫੜੇ ਵਰਗਾ ਮੂੰਹ ਆ ਤੁਹਾਡਾ ਤੁਸੀਂ ਡਾਕਟਰ ਬਣ ਗਏ
ਅਜੇ ਬਿਹਾਰ ਖਰਾਬ ਕੀਤਾ ਮਰ ਜਾਣਾ ਯੂਪੀ ਵੀ ਕਰ ਦੇਣਾ ਹਾਂ ਤੇ ਸ਼ੁਕਰ ਕਰ ਮੈਂ ਅਜੇ ਗਾਜ਼ੀਆਬਾਦ ਨਾਲ ਨਹੀਂ ਹੋਣ ਡਿਆ ਯਾਰ ਤੁਸੀਂ ਕਿੱਦਾਂ ਦੀਆਂ ਗੱਲਾਂ ਕਰ ਰਹੇ ਹੋ ਜਿੱਦਾਂ ਦੀ ਤੁਹਾਨੂੰ ਨਹੀਂ ਆਉਂਦੀਆਂ ਤੁਹਾਨੂੰ ਆਉਂਦੇ ਹੁੰਦੇ ਤੁਸੀਂ ਵੀ ਕਰਨੀ ਹੈ ਯਾਰ ਮੈਂ ਤਾਂ ਸੀਰੀਅਸ ਗੱਲਾਂ ਕਰ ਰਿਹਾ ਅੱਛਾ ਸੀਰੀਅਸ ਕੀ ਅੱਛਾ ਚਲੋ ਡਾਕਟਰ ਸਾਹਿਬ ਤੁਸੀਂ ਆਏ ਹੋ ਵੈਸੇ ਤੇ ਵੈਸੇ ਤੁਹਾਡਾ ਸਵਾਗਤ ਹੈ ਅਸੀਂ ਬਹੁਤ ਜ਼ਿਆਦਾ ਨਹੀਂ ਕਰਦੇ ਸਿਰਫ ਤੁਸੀਂ ਮੈਨੂੰ ਇਹ ਗੱਲ ਦੱਸੋ ਕਿ ਆਪਣਾ ਇੱਕ ਹੁੰਦਾ ਨਾ ਡਾਕਟਰ ਐਮ ਬੀ ਬੀ ਐਸ ਡਾਕਟਰ ਜੇ ਉਹ ਕਾਫੀ ਸਾਰੇ ਤੁਸੀਂ ਕਿਹੜੀ ਕਿਹੜੀ ਡਿਗਰੀ ਕੀਤੀ ਵੀ ਵੀ ਬਿੱਟੀ ਹੈਂ ਵੀ ਵੀ ਬਿੱਟੀ ਇਹ ਤੁਹਾਡੀ ਬੀਬੀ ਨੇ ਕੀਤੀ ਕਿ ਗੱਲ ਤੁਸੀਂ ਕੀਤੀ ਹੈ ਮੇਰੀ ਵਾਈਫ ਨੇ ਨਾਲ ਰਲ ਕੇ ਇਕੱਠੇ ਕੀਤੀ ਆ ਅੱਛਾ ਵੀ ਬਿੱਟੀ ਵੀ ਵੀ ਬਿੱਟੀ ਆਹੋ ਇਹ ਇਹ ਡਾਕਟਰੀ ਕੀਤੀ ਕਿ ਕਮੇਟੀ ਪਾਈ ਸੀ ਇਕੱਠੇ ਨੇ ਤੁਸੀਂ ਜਾਂ ਜੁਆਇੰਟ ਅਕਾਊਂਟ ਹੀ ਤੁਹਾਡਾ ਯਾਰ ਐਦਾਂ ਕੌਣ ਕਮੇਟੀ ਪਾਉਂਦਾ ਵੀਰੇ ਹਾਂ ਤੇ ਕਿੱਦਾਂ ਪਾਉਂਦਾ ਉਹ ਡੱਬੇ 'ਚ ਪਾਉਂਦੇ ਆ ਅੱਛਾ ਵੀ ਬਿੱਟੀ ਕੀਤੀ ਹਾਂ ਮੇਰੇ ਘਰ ਵਾਲੀ ਨੇ ਵੀ ਬਿੱਟੀ ਕੀਤੀ ਹੈ ਤੇ ਮੈਂ ਵੀ ਟੀਟੀ ਕੀਤੀ ਆ ਇਹ ਸਰ ਰੇਲਵੇ ਸਟੇਸ਼ਨ ਵਾਲਾ ਇਹ ਟੀਟੀ ਹੈ ਸਰ ਤੁਸੀਂ ਟੀਟੀ ਹੋ ਓ ਯਾਰ ਇਹ ਇੱਕ ਉਹ ਆ ਉਹ ਅਸਰ ਸਮਝੋ ਕੌਣ ਪੋਸਟ ਹੈ ਅੱਛਾ ਪੋਸਟ ਹੈ ਹਾਂ ਹਾਂ ਮੇਰਾ ਪੜਾਈ ਨਹੀਂ ਹੈ ਪੋਸਟ ਹੈ ਹਾਂ ਹਾਂ ਪੋਸਟ ਤੁਹਾਨੂੰ ਵੀ ਕਰ ਦਿਆਂਗੇ ਸਿੱਧੀ ਪੋਸਟ ਹੀ ਕਰਨੀ ਮਤਲਬ ਪੜਾਈ ਨਹੀਂ ਕੀਤੀ ਤੁਸੀਂ ਹੈ ਨਾ ਪੜਾਈ ਤਾਂ ਬੇਟਾ ਮੈਂ ਬਹੁਤ ਕੀਤੀ ਹੈ ਬੇਟਾ ਮਰ ਜਾਣਾ ਤੂੰ ਦਾਦਾ ਲਾ ਤਾਂ ਮੇਰਾ ਦੋ ਜਵਾਬ ਮੇਰਾ ਜੀ ਕਰਦਾ ਨਾ ਇਹਦਾ ਮੂੰਹ ਅੱਛਾ ਤੁਹਾਡਾ ਜੀ ਵੀ ਕਿੱਦਾਂ ਕਰਦਾ ਤੁਹਾਡੀ ਆਪਣੀ ਸ਼ਾਨ ਦੇਖ ਤੁਹਾਡਾ ਜੀ ਨਹੀਂ ਖਰਾਬ ਹੁੰਦਾ ਕਿ ਯਾਰ ਮੈਂ ਛੱਡ ਪਰ ਕੀ ਜੀ ਕਰਨਾ ਮੇਰਾ ਜਿੱਦਾਂ ਦੀ ਇਹਨਾਂ ਨੇ ਗੱਲ ਕੀਤੀ ਹੈ ਨਾ ਮੇਰਾ ਜੀ ਕਰਦਾ ਮਾਨ ਸਾਹਿਬ ਦੀ ਡਫਲੀ ਦਾ ਮੂੰਹ ਕੁੱਟਾ ਇਹਨਾਂ ਦਾ ਤੇ ਨਾਲੇ ਜਦੋਂ ਮੂੰਹ ਕੁੱਟਾ ਛੈਣੇ ਵੱਜਣ ਟਿੱਚਕ ਟਿੱਚਕ ਤੇ ਗਾਣਾ ਕਿਹੜਾ ਨਿਕਲੇ ਫਿਰ ਉਹ ਵੀ ਦੱਸੋ ਜਰਾ ਮਰ ਜਾ ਨਹੀਂ ਪਾਉਂਦੀ ਭੰਗੜਾ ਅੰਗਰੇਜ਼ੀ ਵੀ ਮਾਨ ਸਾਹਿਬ ਦਾ ਨਹੀਂ ਉਹਨਾਂ ਦਾ ਥੋੜੀ ਆ ਹਾਂ ਤੇ ਫਿਰ ਕੋਈ ਵੀ ਗਾਣਾ ਵੱਜ ਸਕਦਾ ਡਫਲੀ ਤੇ ਤਾਂ ਜਨਾ ਮੈਂ ਇੱਕ ਦਵਾਈ ਪੁੱਛਣੀ ਸੀ ਇਹ ਨਾ ਪਿਸੂ ਵਾਲੀ ਨਹੀਂ ਹੈਗੀ ਨਹੀਂ ਹੋਰ ਗੱਲ ਕੋਈ ਹੋਰ ਪੁੱਛਣੀ ਸੀ ਹਾਂ ਉਹ ਵੀ ਨਹੀਂ ਹੈਗੀ ਜਿਹੜੀ ਤੂੰ ਉਹ ਹੋਣੀ ਹੈ ਨਹੀਂ ਮੈਂ ਹੋਰ ਪੁੱਛਣੀ ਸੀ ਹੈ ਹੋਰ ਕੋਈ ਪੁੱਛਣੀ ਸੀ ਕਮਜ਼ੋਰੀ ਵਾਲੀ ਨਹੀਂ ਮੈਂ ਕੋਈ ਹੋਰ ਪੁੱਛਣੀ ਸੀ ਕੱਦ ਵਾਲੀ ਨਹੀਂ ਔਰ ਨਹੀਂ ਵਾਲੀ ਦਵਾਈ ਹੈ ਨਹੀਂ ਔਰ ਤੂੰ ਕੰਨਾਂ ਦੇ ਮੈਲ ਵਾਲੀ ਇਹ ਤਾਂ ਕਹਿ ਦੋ ਪੁੱਛ ਲੈ ਅੱਛਾ ਚੱਲ ਪੁੱਛ ਲੈ ਚਿੱਟੇ ਹੋਣ ਦੀ ਚਿੱਟੇ ਹੋਣ ਦੀ ਤੈਨੂੰ ਕੀ ਲੋੜ ਹੈ ਹੈਗੀ ਤੁਹਾਡੇ ਕੋਲ ਨਹੀਂ ਬਾਰੀ ਪਰਸੀ ਖੇਡਣ ਗਏ ਸੀ ਨਾਕ ਤੂੰ ਨਾਲ ਹੀ ਖੜਾ ਕਰ ਲੈਣੀ